ਹਾਂਜੀ ਰੈਡੀ ਸਟਾਰਟ ਬੀਤੇ ਲੰਮੇ ਸਮੇਂ ਤੋਂ ਇਹ ਸ਼ਿਕਾਇਤਾਂ ਭਾਰਤ ਸਰਕਾਰ ਨੂੰ ਮਿਲ ਰਹੀਆਂ ਹਨ ਕਿ ਉਸ ਦੇ ਜੋ ਰਾਜਦੂਤ ਬਾਹਰਲੇ ਦੇਸ਼ਾਂ ਵਿੱਚ ਨਿਯੁਕਤ ਹਨ ਉਹਨਾਂ ਨੂੰ ਆਪਣੀ ਦੇਸ਼ ਦੇ ਸੱਭਿਆਚਾਰ ਦਾ ਵੀ ਲੋੜੀ ਦਾ ਗਿਆਨ ਨਹੀਂ ਡੰਡੀ ਇਸ ਲਈ ਵਿਦੇਸ਼ ਵਿਭਾਗ ਨੇ ਇਸ ਕਮੀ ਨੂੰ ਪੂਰਾ ਕਰਨ ਲਈ ਇੱਕ ਜ਼ੋਰਦਾਰ ਸਿੱਖਿਆ ਕੋਰਸ ਚਲਾਉਣ ਦਾ ਫੈਸਲਾ ਕੀਤਾ ਹੈ ਡੰਡੀ ਅਜਿਹਾ ਜਾਪਦਾ ਹੈ ਕਿ ਪਾਰਲੀਮੈਂਟ ਦੀ ਐਸਟੀਮੇਟ ਕਮੇਟੀ ਨੇ ਇਹ ਸ਼ਿਕਾਇਤਾਂ ਵਕਾਇਦਾ ਤੌਰ ਤੇ ਸਬੂਤਾਂ ਸਹਿਤ ਸਰਕਾਰ ਤੱਕ ਪਹੁੰਚਾਈਆਂ ਸਨ ਡੰਡੀ ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਭਾਰਤ ਦੀ ਵਿਦੇਸ਼ ਸੇਵਾ ਵਿੱਚ ਜੋ ਨੌਜਵਾਨ ਅਜਮਾਈਸ਼ੀ ਤੌਰ ਤੇ ਕੰਮ ਕਰਦੇ ਹਨ ਹੁਣ ਉਹਨਾਂ ਨੂੰ ਸੱਭਿਆਚਾਰਕ ਮਸਲਿਆਂ ਦਾ ਮੂਲਾ ਗਿਆਨ ਦਿੱਤਾ ਜਾਵੇਗਾ ਤਾਂ ਜੋ ਉਹ ਸਮੁੰਦਰੋਂ ਪਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਤਿਆਰ ਹੋ ਜਾਣ ਡੈਂਡੀ इंडियन काउंसिल ऑफ कल्चर रिलेशन जो कि विदेश विभाग ਦਾ ਹੀ ਇੱਕ ਭਾਗ ਹੈ ਨੇ ਤਾਂ ਪੁਸਤਕਾਂ ਦੀ ਇੱਕ ਸੂਚੀ ਨਿਸ਼ਚਿਤ ਕੀਤੀ ਹੈ ਜਿਸ ਵਿੱਚੋਂ ਇਨ੍ਹਾਂ ਰਾਜਦੂਤਾਂ ਨੂੰ ਭਾਰਤੀ ਸੱਭਿਆਚਾਰ ਸੰਬੰਧੀ ਬੁਨਿਆਦੀ ਜਾਣਕਾਰੀ ਮਿਲੇਗੀ ਡੰਡੀ ਇਨ੍ਹਾਂ ਨੌਜਵਾਨਾਂ ਨੂੰ ਕੇਵਲ ਭਾਰੀ ਵਸਤਾ ਦੇ ਕੇ ਛੱਡਿਆ ਨਹੀਂ ਜਾ ਸਕਦਾ ਅਤੀ ਸੰਭਵ ਹੈ ਕਿ ਜਦੋਂ ਉਹਨਾਂ ਦੀ ਸੇਵਾ ਦਾ ਅਜਮਾਈਸੀ ਸਮਾਂ ਪੂਰਾ ਹੋਵੇਗਾ ਤਾਂ ਇੱਕ ਪਰਖਿਆ ਲਈ ਜਾਵੇਗੀ ਕਿ ਉਹਨਾਂ ਨੇ ਸੱਚਮੁੱਚ ਹੀ ਇਨ੍ਹਾਂ ਪੁਸਤਕਾਂ ਵਿੱਚੋਂ ਲੋੜੀ ਦੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਡੈਂਡੀ ਇਸ ਤੋਂ ਇਲਾਵਾ ਵਿਦੇਸ਼ ਸੇਵਾ ਵਿੱਚ ਜਾਣ ਵਾਲੇ ਨੌਜਵਾਨ ਲੋਕਾਂ ਨੂੰ ਭਾਰਤ ਦਰਸ਼ਨ ਕਰਵਾਉਣ ਲਈ ਜੋ ਯਾਤਰਾ ਕਰਵਾਈ ਜਾਏਗੀ ਉਹ ਵੀ ਉਹਨਾਂ ਦੇ ਪਾਠ ਕਰਮ ਦਾ ਹੀ ਇੱਕ ਹਿੱਸਾ ਹੋਵੇਗੀ ਡੈਂਡੀ ਅਸਲ ਵਿੱਚ ਭਾਰਤੀ ਰਾਜਦੂਤਾਂ ਦੇ ਅਮਲੇ ਨੂੰ ਭਾਰਤ ਦਰਸ਼ਨ ਦੁਆਰਾ ਰਿਫਰੈਸ਼ਰ ਕੋਰਸ ਵੀ ਕਰਵਾਈ ਜਾਂਦੇ ਹਨ ਡੰਡੀ ਇਨ੍ਹਾਂ ਨਵੇਂ ਸਿੱਖਿਆਕ ਕਦਮਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਸਚਾਈ ਹੈ ਕਿ ਬਾਹਰ ਜਾਣ ਵਾਲੇ ਭਾਰਤੀ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਬਹੁ ਰੰਗੇ ਸੱਭਿਆਚਾਰ ਦਾ ਲੋੜੀ ਦਾ ਗਿਆਨ ਨਹੀਂ ਹੁੰਦਾ ਡੰਡੀ ਇਨ੍ਹਾਂ ਵਿੱਚੋਂ ਕਈ ਅਫਸਰਾਂ ਨੂ ਤਾਂ ਭਾਰਤੀ ਇਤਿਹਾਸ ਦਾ ਵੀ ਲੋੜੀ ਦਾ ਗਿਆਨ ਨਹੀਂ ਹੁੰਦਾ ਡੈਂਡੀ ਵਿਦੇਸ਼ ਸੇਵਾ ਲਈ ਜਦੋਂ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਬੜੀ ਸਖਤ ਪਰਖਿਆ ਲਈ ਜਾਂਦੀ ਹੈ ਡੈਂਡੀ ਸਟਾਪ